ਉਸ਼ੋ ਦੇ ਲੈਕਚਰ ਇਸ ਤੋਂ ਉਲਟਾ ਨਿਯਮ ਤੁਸੀਂ ਮੰਨ ਹੀ ਰਹੇ ਹੋ ਉਹਦਾ ਹੀ ਤੁਹਾਡੀ ਜ਼ਿੰਦਗੀ ਨਤੀਜਾ ਹੈ ਕਿ ਬੁਰਾਈ ਨੂੰ ਤੁਸੀਂ ਉਸੇ ਵਕਤ ਕਰਦੇ ਹੋ ਭਲਾਈ ਨੂੰ ਤੁਸੀਂ ਕੱਲ ਤੇ ਟਾਲ ਜਾਂਦੇ ਹੋ ਪਾਪ ਅੱਜ ਕਰਦੇ ਹੋ ਪੁੰਨ ਅਗਲੇ ਜਨਮ ਚ ਪਾਪ ਹੁਣੇ ਪੁੰਨ ਬੁੱਢਾ ਪੇਚ ਪਾਪੀ ਦੀ ਜ਼ਿੰਦਗੀ ਇਹ ਉਹਦਾ ਸੂਤਰ ਹੈ ਬੁਰਾਈ ਹੁਣੇ ਭਲਾਈ ਕੱਲ ਪ੍ਰਮਾਤਮਾ ਦਾ ਜੀਵਨ ਭਲਾਈ ਹੁਣੇ ਬੁਰਾਈ ਕੱਲ ਜੋ ਕੱਲ ਤੇ ਛੱਡਿਆ ਉਹ ਕਦੇ ਨਹੀਂ ਹੁੰਦਾ ਕੱਲ ਤੇ ਛੱਡਣ ਦੀ ਕੁਸ਼ਲਤਾ ਵਿਚਾਰ ਹੈ ਕਿ ਸੋਚਾਂਗੇ ਸੋਚਣ ਦਾ ਸਮਾਂ ਲੱਗੇਗਾ ਤੇਜ਼ੀ ਚਲੀ ਜਾਏਗੀ ਛਿੰਕ ਹੋ ਜਾਏਗਾ ਤੁਸੀਂ ਭੂਮੀ ਤੇ ਆ ਜਾਓਗੇ ਭਾਵ ਵੇਖ ਹੋ ਜਾਏਗਾ ਇੱਕ ਆਦਮੀ ਨੇ ਧਿਆਨ ਦਿੱਤਾ ਧਿਆਨ ਦਾ ਅਰਥ ਹੈ ਇਸ ਗੱਲ ਨੇ ਉਹਨੂੰ ਇਉਂ ਜਕੜ ਲਿਆ ਕਿ ਪੂਰੀ ਜ਼ਿੰਦਗੀ ਦਾ ਦਾਤੇ ਹੈ ਉਹਨੇ ਕੁਝ ਸੋਚਿਆ ਨਹੀਂ ਉਹਨੇ ਕੁਝ ਪਾਣੀ ਬਚਾ ਕੇ ਰੱਖ ਲਿਆ ਨਿਸ਼ਚਿਤ ਤਰੀਕ ਤੋਂ ਪਿਛੋਹੀ ਹੋਇਆ ਜੋ ਖਿਦਰ ਨੇ ਕਿਹਾ ਸੀ ਇਸ ਇੱਕ ਆਦਮੀ ਨੂੰ ਛੱਡ ਕੇ ਪਿੰਡ ਦੇ ਸਾਰੇ ਲੋਕ پاگل ਹੋ ਗਏ ਲੇਕਿਨ ਜਦੋਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਦ ਨੂੰ ਪਤਾ ਲੱਗਾ ਵੀ ਸਾਰੇ ਉਹਨੂੰ ਪਾਗਲ ਮੰਨਦੇ ਐ ਸੁਭਾਵਕ ਐ ਜਿੱਥੇ ਸਾਰੇ ਪਾਗਲ ਹੋਣ ਉਥੇ ਬੁੱਧੀਮਾਨ ਹੋਣਾ ਬੜਾ ਖਤਰਨਾਕ ਐ ਜਿੱਥੇ ਸਾਰੇ ਬਿਮਾਰ ਹੋਣ ਉਥੇ ਤੰਦਰੁਸਤ ਹੋਣਾ ਖਤਰਾ ਸਹਿਣਨਾ ਐ ਜਿੱਥੇ ਸਾਰੇ ਅੰਨੇ ਹੋਣ ਉਥੇ ਅੱਖਾਂ ਮੁਸੀਬਤ ਚ ਪਾਉਣਗੇ ਕਿਉਂਕਿ ਜਿੱਥੇ ਸਾਰੇ ਇੱਕੋ ਜਿਹੇ ਤੁਸੀਂ ਜੁਦਾ ਭੀੜ ਤੁਹਾਨੂੰ ਪਾਗਲ ਕਹੇਗੀ ਭੀੜ ਵੱਡੀ ਐ ਬਹੁਤ ਉਹਦਾ ਐ ਤੁਸੀਂ ਇਕੱਲੇ ਹੋ ਸਿੱਧ ਕਰਨ ਦਾ ਕੋਈ ਉਪਾਅ ਵੀ ਨਹੀਂ ਐ ਸਿੱਧ ਕਿਦੇ ਸਾਹਮਣੇ ਕਰੋਗੇ ਕਿਨੂੰ ਸਮਝਾਓਗੇ ਉੱਥੇ ਸਮਝਣ ਵਾਲਾ ਕੋਈ ਵੀ ਨਹੀਂ ਹੈ ਲੋਕ ਹੱਸਣਗੇ ਤੇ ਕਹਿਣਗੇ ਦੇਖੋ ਪਾਗਲ ਅਜੇ ਆ ਹੀ ਵਾਪਰ ਰਿਹਾ ਪੂਰੀ ਜ਼ਿੰਦਗੀ ਵਿੱਚ ਜਿਸ ਢੇੜ ਨਾਲ ਤੁਸੀਂ ਘਰੇ ਹੋ ਉਹ ਢੇੜ ਆਪਣੇ ਆਪ ਨੂੰ ਠੀਕ ਮੰਨਦੀ ਹੈ ਜੇ ਤੁਸੀਂ ਲੀਕ ਤੋਂ ਜ਼ਰਾ ਜਿੰਨੇ ਇੱਧਰ ਉੱਧਰ ਹੋਏ ਉਹ ਤੁਹਾਨੂੰ ਪਾਗਲ ਸਮਝਦੀ ਹੈ ਬੜੀ ਪ੍ਰਸਿੱਧ ਕਹਾਣੀ ਹੈ ਇਉਂ ਹੋਇਆ ਇੱਕ ਵਾਰੀ ਇੱਕ ਸਮਰਾਟ ਨੂੰ ਇੱਕ ਚਾਲਬਾਜ਼ ਆਦਮੀ ਨੇ ਕਿਹਾ ਕਿ ਮੈਂ ਤੈਨੂੰ ਦੇਵਤਿਆਂ ਦੇ ਵਸਤਰ ਲਈ ਆਕੇ ਦੇ ਸਕਦਾ ਦੇਵਤਿਆਂ ਦੇ ਵਸਤਰ ਕਦੀ ਪ੍ਰਿਥਵੀ ਤੇ ਨਹੀਂ ਆਏ ਸੀ ਉਸ ਸਮਰਾਟ ਨੇ ਕਿਹਾ ਜੋ ਵੀ ਖਰਚਾ ਕਰਨਾ ਪਵੇ ਕੀਤਾ ਜਾਵੇ ਇਹ ਇਤਿਹਾਸਿਕ ਗੱਲ ਹੈ ਮੈਂ ਇਕੱਲਾ ਇਸ ਪ੍ਰਿਥਵੀ ਤੇ ਹੋਵਾਂਗਾ ਜਿਹਨੂੰ ਦੇਵਤਿਆਂ ਦੇ ਵਸਤਰ ਮਿਲੇ ਤੂੰ ਲੈ ਕੇ ਆ ਉਸ ਆਦਮੀ ਨੇ ਕਿਹਾ ਭਈ ਕਈ ਕਰੋੜਾਂ ਦਾ ਖਰਚਾ ਹੈ ਆਉਣਾ ਜਾਣਾ ਲੰਮੀ ਯਾਤਰਾ ਤੇ ਰਿਸ਼ਵਤ ਉੱਥੇ ਵੀ ਕੋਈ ਐਵੇਂ ਨਹੀਂ ਮਿਲ ਜਾਣੇ ਦੁਆਰਪਾਲ ਫਿਰ ਦੁਆਰਪਾਲ ਤੋਂ ਲੈ ਕੇ ਦੇਵਤਿਆਂ ਤੱਕ ਪਹੁੰਚਣਾ ਬਹੁਤ ਰਿਸ਼ਵਤ ਮੋਟੀ ਸਮਰਾਟ ਨੇ ਕਿਹਾ ਕੁਝ ਵੀ ਹੋਵੇ ਕਿੰਨਾ ਵੀ ਖਰਚ ਹੋਵੇ ਬਸ ਇੱਕੋ ਗੱਲ ਦਾ ਧਿਆਨ ਰੱਖੀ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੀ ਨਹੀਂ ਤਾਂ ਜ਼ਿੰਦਗੀ ਤੂੰ ਹੱਥ ਤੋਂ ਹਏਗਾ ਉਹਨੇ ਕਿਹਾ ਧੋਖੇ ਦਾ ਕੋਈ ਸਵਾਲ ਹੀ ਨਹੀਂ ਹੈ ਇਸੇ ਮਹਿਲ 'ਚ ਮੈਨੂੰ ਇੱਕ ਕਮਰਾ ਦੇ ਦਿੱਤਾ ਜਾਏ ਚਾਰਚ ਫੇਰੇ ਪਹਿਰਾ ਲਾ ਦਿੱਤਾ ਜਾਏ ਮਹਿਲ 'ਚ ਕਮਰਾ ਦੇ ਦਿੱਤਾ ਗਿਆ ਚਾਰਚ ਫੇਰੇ ਪਹਿਰਾ ਲਾ ਦਿੱਤਾ ਗਿਆ ਧੋਖੇ ਦਾ ਕੋਈ ਕਾਰਨ ਨਹੀਂ ਸੀ ਨਿਸ਼ਚਿਤ ਤਰੀਕ ਤੇ ਉਹ ਆਦਮੀ ਬਾਹਰ ਆਇਆ ਇੱਕ ਬੜੀ ਖੂਬਸੂਰਤ ਪੇਟੀ ਲੈ ਕੇ ਆਇਆ ਦਰਬਾਰ 'ਚ ਪੇਟੀ ਰੱਖੀ ਸਾਰੇ ਦਰਬਾਰੀ ਇਕੱਠੇ ਸੀ ਰਾਜਧਾਨੀ ਚ ਬੜਾ ਸ਼ੋਰਗੁਲ ਹੈ ਲੋਕ ਇਕੱਠੇ ਹੈ ਭੀੜ ਤੇ ਭੀੜ ਟੁੱਟੀ ਟੁੱਟੀ ਪੈ ਰਹੀ ਹੈ ਮਹਿਲਵਾਲ ਦੇ ਰਸਤੇ ਭਰੇ ਹੋਏ ਹਨ ਸਾਰੀ ਰਾਜਧਾਨੀ ਭਰ ਗਈ ਦੇਖਣ ਵਾਲਿਆਂ ਨਾਲ ਦੇਵਤਿਆਂ ਦੇ ਵਸਤਰ ਉਹਨੇ ਰਾਜੇ ਦੀ ਪਗੜੀ ਲਈ ਪੇਟੀ ਚ ਹੱਥ ਪਾਇਆ ਖਾਲੀ ਹੱਥ ਬਾਰ ਕੱਢਿਆ ਗਿਆ ਇਹ ਦੇਵਤਿਆਂ ਦੀ ਪਗੜੀ ਪਰ ਇੱਕ ਗੱਲ ਦੱਸ ਦਿਆਂ ਜਦ ਮੈਂ ਤੁਰਨ ਲੱਗਾ ਦੇਵਤਿਆਂ ਨੇ ਕਿਹਾ ਵੀ ਇਹ ਸਧਾਰਨ ਵਸਤਰ ਨਹੀਂ ਹਨ ਸਿਰਫ ਉਹਨਾਂ ਨੂੰ ਹੀ ਦਿਖਾਈ ਦੇਣਗੇ ਜੋ ਆਪਣੇ ਹੀ ਬਾਪ ਤੋਂ ਪੈਦਾ ਹੋਏ ਹੋਣ ਹੱਥ ਖਾਲੀ ਸੀ ਪਗੜੀ ਉਸ ਨੇ ਹੀ ਸੀ ਰਾਜੇ ਨੇ ਗੌਰ ਨਾਲ ਵੀ ਦੇਖਿਆ ਪਗੜੀ ਹੈ ਨਹੀਂ ਪਰ ਹੁਣ ਝੰਝਟ ਹੈ ਉਹਨੇ ਛੱਟਦੇ ਨੇ ਪਗੜੀ ਲਈ ਤੇ ਕਿਹਾ ਆਹਾ ਕਿ ਨਹੀਂ ਸੁਣੀ ਪਗੜੀ ਜੋ ਸੀ ਹੀ ਨਹੀਂ ਸਿਰ ਤੇ ਰੱਖ ਲਈ ਸਾਰੇ ਦਰਬਾਰੀ ਤਾੜੀਆਂ ਮਚਾਉਣ ਲੱਗੇ ਇੱਕ ਇੱਕ ਨੂੰ ਦਿਖਾਈ ਪਿਆ ਵੀ ਪਗੜੀ ਤਾਂ ਨਹੀਂ ਹੈ ਲੇਕਿਨ ਜਦ ਸਾਰੇ ਤਾੜੀਆਂ ਵਜਾ ਰਹੇ ਹੁਣ ਸਭ ਨੂੰ ਦਿਖਾਈ ਪੈ ਰਿਹਾ ਤੇ ਅਸੀਂ ਕਿਉਂ ਝੰਝਟ ਚ ਪਈਏ ਇਹੀ ਸਭ ਦੀ ਦਸ਼ਾ ਸੀ ਪਗੜੀ ਕਿਸੇ ਨੂੰ ਨਹੀਂ ਦਿਸੀ ਪਰ ਸਭ ਨੇ ਸੋਚਿਆ ਵੀ ਬਾਕੀ ਸਭਨਾਂ ਨੂੰ ਦਿਸ ਰਹੀ ਹੈ ਮੈਂ ਇਹ ਹੱਕ ਆਪਣੇ ਪਿਤਾ ਦੇ ਤੇ ਆਪਣੇ ਵੰਸ਼ ਦੇ ਸਬੰਧ ਚ ਕਿਉਂ ਗਲਤਫਹਿਮੀ ਦਾ ਕਾਰਨ ਬਣਾ ਲੋਕ ਇੱਕ ਦੂਜੇ ਤੋਂ ਵੱਧ-ਵੱਧ ਕੇ ਤਾੜੀਆਂ ਵਜਾਉਣ ਤੇ ਇੱਕ ਦੂਜੇ ਤੋਂ ਵੱਧ-ਵੱਧ ਕੇ ਸਿੱਖਤਾਂ ਕਰਨ ਲੱਗੇ ਕੋਈ ਪਿੱਛੇ ਨਾ ਖੜਾ ਰਿਹਾ ਕਿਉਂਕਿ ਕਿਤੇ ਸ਼ੱਕ ਨਾ ਹੋ ਜਾਏ ਕਿ ਇਹ ਆਦਮੀ ਪਿੱਛੇ ਕਿਉਂ ਖੜਾ ਕੁਝ ਬੋਲਦਾ ਕਿਉਂ ਨਹੀਂ ਲੋਕ ਚੁੱਪ ਵੀ ਨਾ ਰਹਿ ਸਕੇ ਕਿਉਂਕਿ ਕਹਿਣਾ ਜ਼ਰੂਰੀ ਹੈ ਜ਼ੋਰ ਨਾਲ ਕਹਿਣਾ ਜ਼ਰੂਰੀ ਹੈ ਤੇ ਜਦ ਸਭ ਸਭ ਨੇ ਪ੍ਰਸ਼ੰਸਾ ਕੀਤੀ ਰਾਜਨੇਕਿਆ ਹੋਵੇ ਨਾ ਹੋਵੇ ਮੇਰਾ ਹੀ ਜਨਮ ਛੱਕੀ ਹੈ ਪਰ ਹੁਣ ਕੁਝ ਕਰਨਾ ਠੀਕ ਨਹੀਂ ਚੁੱਪਚਾਪ ਪਗੜੀ ਪਹਿਨ ਲੈਣੀ ਠੀਕ ਉਹਨੇ ਪਗੜੀ ਪਹਿਨ ਲਈ ਜੋ ਸੀ ਹੀ ਨਹੀਂ ਇਹੀ ਸਾਰੇ ਵਸਤਰਾ ਬਾਰੇ ਹੋਇਆ ਉਹ ਚਲਾਕ ਆਦਮੀ ਉਹਦੇ ਵਸਤਰ ਲੈ ਕੇ ਪੇਟੀ ਚ ਪਾਉਂਦਾ ਗਿਆ ਕਿਉਂਕਿ ਉਹ ਵੀ ਕੀਮਤੀ ਸੀ ਬਚਾਉਣੇ ਜ਼ਰੂਰੀ ਸੀ ਤੇ ਖਾਲੀ ਹੱਥ ਬਾਹਰ ਆਉਂਦਾ ਕੋਟ ਆਇਆ ਕਮੀਜ਼ ਆਈ ਅਖੀਰ ਚ ਆਖਰੀ ਵਸਤਰ ਵੀ ਉਹਦਾ ਚਲਾ ਗਿਆ ਰਾਜਾ ਬਿਲਕੁਲ ਨੰਗਾ ਖੜਾ ਹੈ ਤੇ ਦਰਬਾਰ ਤਾੜੀ ਦਰਬਾਰੀ ਤਾੜੀ ਪਟ ਰਏ ਹੈ ਇਸ ਤੋਂ ਸੁੰਦਰ ਵਸਤਰ ਕਦੇ ਦੇਖੇ ਨਹੀਂ ਗਏ ਉਸ ਚਾਲਬਾਜ਼ ਆਦਮੀ ਨੇ ਕਿਹਾ ਵੀ ਹੁਣ ਰਤ ਤਿਆਰ ਕੀਤਾ ਜਾਏ ਕਿਉਂਕਿ ਕਰੋੜਾਂ ਲੋਕ ਇਕੱਠੇ ਹੋਏ ਖੜੇ ਹਨ ਤੇ ਸਾਰੇ ਵਸਤਰ ਦੇਖਣ ਦੇ ਚਾਹਵਾਨ ਹਨ ਤੇ ਉਸ ਚਾਲਬਾਜ਼ ਆਦਮੀ ਨੇ ਪਿੰਡ 'ਚ ਡੌਂਡੀ ਪਟਵਾ ਦਿੱਤੀ ਕਿ ਵਸਤਰ ਸਧਾਰਨ ਵਸਤਰ ਨਹੀਂ ਹਨ ਇਹ ਸਿਰਫ ਉਹਨਾਂ ਨੂੰ ਦਿਖਾਈ ਪਹਿਣਗੇ ਜੋ ਆਪਣੇ ਬਾਪ ਤੋਂ ਪੈਦਾ ਹੋਏ ਹਨ ਸਾਰੇ ਆਪਣੇ ਬਾਪ ਤੋਂ ਪੈਦਾ ਹੋਏ ਹਾਂ ਨੰਗਾ ਰਾਜਾ ਰੱਥ ਤੇ ਸਵਾਰ ਪਿੰਡ ਚ ਨਿਕਲਿਆ ਭੀੜ পাগল ਹੋ ਰਹੀ ਸੀ ਵਸਤਰਾਂ ਦੀ ਪ੍ਰਸ਼ੰਸਾ ਕਰ ਰਹੀ ਐ ਸਿਰਫ ਇੱਕ ਬੱਚਾ ਜੋ ਆਪਣੇ ਬਾਪ ਦੇ ਮੋਢੇ ਤੇ ਬੈਠਾ ਬੈਠ ਕੇ ਆ ਗਿਆ ਸੀ ਉਹਨੇ ਆਪਣੇ ਬਾਪ ਨੂੰ ਕਿਹਾ ਮੈਨੂੰ ਤਾਂ ਰਾਜਾ ਨੰਗਾ ਦਿਖਾਈ ਪੈਂਦਾ ਬਾਪ ਨੇ ਕਿਹਾ ਚੁੱਪ ਬੇਅਕਲ ਜੇ ਕਿਸੇ ਨੇ ਸੁਣ ਲਿਆ ਮੁਸੀਬਤ ਹੋਏਗੀ ਇਹ ਵਸਤਰ ਜਹੀ ਹੈ ਕਿ ਜਦ ਤੂੰ ਵੱਡਾ ਹੋ ਜਾਏਂਗਾ ਤਦ ਦਿਖਾਈ ਪੈਣਗੇ ਅਜੇ ਤੂੰ ਬੱਚਾ ਹੈ ਸਿਰਫ ਉਸ ਇੱਕ ਬੱਚੇ ਨੂੰ ਰਾਜਾ ਨੰਗਾ ਨਜ਼ਰ ਆਇਆ ਉਹਨੂੰ ਹੀ ਸੱਚ ਦੱਸਿਆ ਪਰ ਬਾਪ ਨੇ ਕਿਹਾ ਤੂੰ ਵੱਡਾ ਹੋ ਜਾਏਂਗਾ ਤਾਂ ਤੈਨੂੰ ਵੀ ਦਿਖਾਈ ਪਏਗਾ ਘਬਰਾਣਾ ਛੇਤੀ ਨਾ ਕਰ ਇਹ ਅਨੁਭਵ ਨਾਲ ਦਿਖਾਈ ਪੈਂਦਾ ਸਾਰੇ ਬਾਪ ਆਪਣੇ ਬੇਟਿਆਂ ਨੂੰ ਇਹੀ ਕਹਿ ਰਹੇ ਆ ਅਨੁਭਵ ਨਾਲ ਦਿਖਾਈ ਪਏਗਾ ਬੇਟੇ ਨੂੰ ਦਿਖਾਈ ਪਹਿ ਰਿਹਾ ਹੈ ਮੂਰਤੀ ਪੱਥਰ ਦੀ ਹੈ ਬਾਪ ਕਹਿੰਦਾ ਭਗਵਾਨ ਰਾਜਾ ਨੰਗਾ ਹੈ ਬਾਪ ਕਹਿੰਦਾ ਵਸਤਰ ਪਹਿਨੇ ਹੋਇਆ ਬਾਪ ਝੁਕਦਾ ਹੈ ਬੇਟੇ ਨੂੰ ਵੀ ਝੁਕਾਉਂਦਾ ਹੈ ਝੁਕ ਨਮਸਕਾਰ ਕਰ ਇਹ ਭਗਵਾਨ ਹਨ ਬੇਟਾ ਇਨਕਾਰ ਵੀ ਕਰਨਾ ਚਾਹੁੰਦਾ ਹੈ ਉਦਾਇਨਕਾਰ ਸਹੀ ਵੀ ਹੈ ਕਿਉਂਕਿ ਉਹਨੂੰ ਇਹ ਉਹੀ ਦਿਸਦਾ ਜੋ ਹੈ ਕਿ ਇੱਥੇ ਸਿਰਫ ਮੂਰਤੀ ਹੈ ਖਡਾਉਣੇ ਦੇ ਸਾਹਮਣੇ ਝੁਕਾਇਆ ਜਾ ਰਿਹਾ ਹੈ ਲੇਕਿਨ ਬਾਪ ਕੇ ਅੰਦਰ ਅਨੁਭਵ ਨਾਲ ਤੈਨੂੰ ਵੀ ਦਿਖਾਈ ਪਏਗਾ ਉਹਨੂੰ ਵੀ ਅਨੁਭਵ ਨਾਲ ਦਿਖਾਈ ਪੈਣ ਲੱਗੇਗਾ ਦਿਖਾਈ ਇਸ ਲਈ ਪੈਣ ਲੱਗੇਗਾ ਕਿਉਂਕਿ ਅਨੁਭਵ ਦਾ ਸਿਰਫ ਇਨਾ ਹੀ ਮਤਲਬ ਹੈ ਕਿ ਚਾਲਵਾਜ਼ ਹੋ ਜਾਏਗਾ ਇਹ ਵੀ ਸਮਝ ਲਏਗਾ ਕਿ ਇਨਕਾਰ ਕਰਨ ਚ ਚੰਜਟ ਹੈ ਭੀੜ ਝੂਠ ਨੂੰ ਮੰਨਦੀ ਹੈ ਤਾਂ ਭੀੜ ਦਾ ਝੂਠ ਮੰਨ ਲੈਣਾ ਮੁਨਾਸਬ ਹੈ ਭੀੜ ਜੋ ਕਹਿੰਦੀ ਹੈ ਉਹਦੇ ਨਾਲ ਚੱਲਣ 'ਚ ਸੌਕ ਹੈ ਝੂਠ ਵੀ ਸੌਖ ਪੂਰਨ ਹੈ ਜੇ ਭੀੜ ਮੰਦੀ ਹੈ ਸੱਚ ਦੀ ਤਰਫ ਇਸ਼ਾਰਾ ਕਰਨਾ ਆਪਣੇ ਲਈ ਮੁਸ਼ਕਲ ਪੈਦਾ ਕਰਨਾ ਹੈ ਕਿਉਂਕਿ ਭੀੜ ਨੇ ਸ਼ਰਤਾਂ ਲਾ ਰੱਖੀਆਂ ਜੇ ਤੁਸੀਂ ਕਹੋ ਕਿ ਮੰਦਰ 'ਚ ਰੱਖੀ ਮੂਰਤੀ ਸਿਰਫ ਪੱਥਰ ਹੈ ਤਾਂ ਲੋਕ ਕਹਿਣਗੇ ਤੂੰ ਨਾਸਤਕ ਹੈ ਤੂੰ ਆਪਣੇ ਬਾਪ ਤੋਂ ਪੈਦਾ ਹੀ ਨਹੀਂ ਹੋਇਆ ਤੂੰ ਸੜੇਗਾ ਨਰਕ ਵਿੱਚ ਤੇ ਭੀੜ ਤੁਹਾਡੇ ਲਈ ਹਜ਼ਾਰ ਤਰ੍ਹਾਂ ਦੀਆਂ ਝੰਜਟਾਂ ਪੈਦਾ ਕਰੇਗੀ ਤੁਹਾਨੂੰ ਖੂਤ ਪਾਣੀ ਨਹੀਂ ਪੀਣ ਦੇਗੀ ਤੁਹਾਨੂੰ ਨਾਲ ਬੈਠ ਕੇ ਭੋਜਨ ਨਹੀਂ ਕਰਨ ਦੇਗੀ ਤੁਹਾਡੇ ਵਿਆਹ ਚ ਮੁਸੀਬਤ ਆ ਜਾਏਗੀ ਤੁਹਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਸਕਣਗੇ ਮੇਰੇ ਕੋਲ ਲੋਕ ਆਉਂਦੇ ਕਹਿੰਦੇ ਆ ਵੀ ਤੁਹਾਡੀਆਂ ਗੱਲਾਂ ਤਾਂ ਠੀਕ ਲੱਗਦੀਆਂ ਪਰ ਮੈਂ ਜੈਨੀ ਆ ਮੈਂ ਜ਼ਿਆਦਾ ਅਜੇ ਆ ਨਹੀਂ ਸਕਦਾ ਕਿਉਂਕਿ ਮੈਂ ਲੜਕੀ ਦੀ ਸ਼ਾਦੀ ਕਰਨੀ ਹੈ ਸ਼ਾਦੀ ਹੋ ਜਾਏ ਫਿਰ ਮੈਨੂੰ ਕੋਈ ਡਰ ਨਹੀਂ ਫਿਰ ਮੈਂ ਆਵਾਂਗਾ ਪਰ ਅੱਜ ਅਜੇ ਲੜਕੀ ਦੀ ਸ਼ਾਦੀ ਕਰਨੀ ਹੈ ਜੇ ਬਹੁਤ ਆਇਆ ਗਿਆ ਤਾਂ ਲੋਕਾਂ ਨੂੰ ਸ਼ੱਕ ਹੋ ਗਿਆ ਤੇ ਮੈਨੂੰ ਲੜਕੀ ਦੀ ਸ਼ਾਦੀ ਕਰਨ ਚ ਵੀ ਮੁਸੀਬਤ ਹੋ ਜਾਏਗੀ ਤੁਹਾਡਾ ਧਰਮ ਤੁਹਾਡੀ ਸਹੂਲਤ ਹੈ ਜੋ ਤੁਹਾਡਾ ਸੱਚ ਸਹੂਲਤਾਂ ਤੇ ਜੋ ਸਹੂਲਤਾਂ ਭਾਲ ਰਿਹਾ ਹੈ ਉਹਨੂੰ ਸੱਚ ਕਦੇ ਨਹੀਂ ਮਿਲੇਗਾ ਕਿਉਂਕਿ ਪਹਿਲੀ ਮੁਸ਼ਕਲਤਾ ਇਹ ਹੈ ਕਿ ਸੱਚ ਦੀ ਕਿ ਤੁਸੀਂ ਇਕੱਲੇ ਰਹਿ ਜਾਓਗੇ ਤੁਸੀਂ ਸੱਚ ਦੀ ਦੁਨੀਆ 'ਚ ਕੋਈ ਹੋੜ ਨਹੀਂ ਪਾਓਗੇ ਉੱਥੇ ਤੁਸੀਂ ਬਿਲਕੁਲ ਇਕੱਲੇ ਹੋਗੇ ਉੱਥੇ ਕੋਈ ਤੁਹਾਡੇ ਨਾਲ ਦੌੜਦਾ ਹੋਇਆ ਨਹੀਂ ਮਿਲੇਗਾ ਉਹ ਇਕਾਂਗੀ ਡੰਡੀ ਹੈ ਉਹ ਕੋਈ ਰਾਜਪਥ ਨਹੀਂ ਹੈ ਉੱਥੇ ਬਹੁਤੇ ਨਹੀਂ ਜਾਂਦੇ ਕਿਉਂਕਿ ਬਹੁਤੇ ਤਾਂ ਸਹੂਲਤ ਦੇ ਲਈ ਜਿੰਦੇ ਨੇ ਉਇਕ ਇਕੱਲਾ ਆਦਮੀ ਜੋ ਤੰਦਰੁਸਤ ਸੀ ਪਾਗਲ ਹੋ ਗਿਆ ਕਿਉਂਕਿ ਭੀੜ ਨੇ ਉਹਨੂੰ ਕਿਹਾ ਤੂੰ ਪਾਗਲ ਹੈ ਤੇਰਾ ਦਿਮਾਗ ਲੱਗਦਾ ਹੈ ਖਰਾਬ ਹੋ ਗਿਆ ਤੇ ਨਿਸ਼ਚਿਤ ਹੀ ਭੀੜ ਨੇ ਕਿਹਾ ਹੋਏ ਕਿਹਾ ਜਾਣਿਆ ਹੋਏਗਾ ਕਿ ਖਿਦਰ ਦੀ ਚੇਤਾਵਨੀ ਝੂਠੀ ਸੀ ਕੋਈ ਵੀ ਪਾਗਲ ਨਹੀਂ ਹੋਇਆ ਇਉਂ ਸਮਝੋ ਕਿ ਥੇ ਅਸੀਂ ਬੈਠੇ ਆਂ ਚਾਰਚ ਫੇਰੇ ਚੀਜ਼ਾਂ ਤੇ ਜੇ ਪਰਮਾਤਮਾ ਕਿਸੇ ਚਮਤਕਾਰ ਨਾਲ ਸਾਰੀਆਂ ਚੀਜ਼ਾਂ ਨੂੰ ਸਮਾਨ ਅਨੁਪਾਤ ਤੇ ਛੋਟੀਆਂ ਜਾਂ ਵੱਡੀਆਂ ਕਰਦਾ ਹੈ ਤੇ ਸਾਨੂੰ ਪਤਾ ਨਹੀਂ ਲੱਗੇਗਾ ਸਮਝ ਲਓ ਅੱ데 ਜੋ ਜੋ ਤੁਹਾਡੀ ਉਚਾਈ 6 ਫੁੱਟ ਹੈ ਉਹ 3 ਫੁੱਟ ਹੋ ਜਾਏ ਇਕਦਮ ਪਰ ਤੁਹਾਡੇ ਇਕੱਲੇ ਦੀ ਨਹੀਂ ਆਸ-ਪਾਸ ਬੈਠੇ ਸਾਰੇ ਲੋਕਾਂ ਦੀ ਮਕਾਨ ਦੀ ਤੁਸੀਂ ਜਿਸ ਗਾਜ਼ ਨਾਲ ਮਿੰਦੇ ਹੋ ਉਹ ਦੀ ਸਭ ਚੀਜ਼ਾਂ ਆਧੀਆਂ ਹੋ ਜਾਣ ਹੁਣੇ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਕੁਝ ਫਰਕ ਹੋ ਗਿਆ ਕਿਵੇਂ ਪਤਾ ਲੱਗੇਗਾ ਬਿਰਛ ਵੀ ਅੱਧੇ ਹੋ ਜਾਣਗੇ ਮਕਾਨ ਅੱਧਾ ਹੋ ਜਾਏਗਾ ਤੁਸੀਂ ਜੇ 6 ਇੰਚ ਦੇ ਵੀ ਹੋ ਹੋ ਜਾਓ ਐਸੇ ਵਕਤ ਤੇ ਸਭ ਚੀਜ਼ਾਂ ਤੁਹਾਡੇ ਨਾਲ 6 ਇੰਚ ਦੀਆਂ ਹੋ ਜਾਣਗੀਆਂ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੁਸੀਂ ਜੇ ਕੀੜੀਆਂ ਜਏ ਹੋ ਜਾਓ ਤੇ ਸਾਰੀਆਂ ਚੀਜ਼ਾਂ ਉਸੇ ਅਨੁਪਾਤ ਛੋਟੀਆਂ ਹੋ ਜਾਣਗੀਆਂ ਤੁਹਾਨੂੰ ਕਦੇ ਪਤਾ ਨਹੀਂ ਲੱਗੇਗਾ ਕਿਉਂਕਿ ਪਤਾ ਲੱਗਣ ਦੇ ਲਈ ਉਲਟ ਚਾਹੀਦਾ ਕੋਈ ਚੀਜ਼ ਪੁਰਾਣੇ ਢੰਗ ਨਾਲ ਰਹਿ ਗਈ ਹੋਵੇ ਉਹ ਚਾਹੀਦੀ ਹੈ ਸਾਰੀ ਭੀੜ ਪਾਗਲ ਹੋ ਗਈ ਹੈ ਭੀੜ ਨੇ ਕਿਹਾ ਹੋਏਗਾ ਵੀ ਦੇਖੋ ਖਿਦਰ ਕਹਿੰਦਾ ਸੀ ਕਿ ਲੋਕ ਪਾਗਲ ਹੋ ਜਾਣਗੇ ਤੇ ਜੇ ਪਾਣੀ ਪੀਤਾ ਤਰੀਕ ਵੀ ਆ ਗਈ ਤੇ ਅਸੀਂ ਪਾਣੀ ਵੀ ਪੀਤਾ ਤੇ ਅਸੀਂ ਪਾਗਲ ਨਹੀਂ ਹੋਏ ਇਹ ਖਿਦਰ ਗਲਤ ਹੈ ਇਹ ਤੁਸੀਂ ਵੀ ਕਹਿ ਰਹੇ ਹੋ ਤੁਸੀਂ ਕਹਿੰਦੇ ਹੋ ਬੁੱਧ ਨੇ ਕਿਹਾ ਜੇ ਆ ਕਰੋਗੇ ਤਾਂ پاگل ਹੋ ਜਾਓਗੇ ਕਿੱਥੇ ਅਸੀਂ پاگل ਹੋਈ ਮਹਾਵੀਰ ਕਹਿੰਦੇ ਹਨ ਜੇ ਆ ਕਰੋ ਤਾਂ ਨਰਕ ਚ ਸੜੋਗੇ ਅਸੀਂ ਜੇ ਆ ਕਰ ਰਹੇ ਹਾਂ ਤੇ ਨਰਕ ਚ ਨਹੀਂ ਸੜ ਰਹੇ ਮੈਂ ਤੁਹਾਨੂੰ ਕਹਿਣਾ ਤੁਸੀਂ ਸੜ ਰਹੇ ਹੋ ਮੈਂ ਤੁਹਾਨੂੰ ਕਹਿਣਾ ਤੁਸੀਂ پاگل ਹੋ ਗਏ ਪਰ ਤੁਹਾਡੇ ਚਾਰਚ ਫਿਰੇ ਉਸੇ ਤਰ੍ਹਾਂ ਦੇ ਲੋਕ ਹੈ ਇਸ ਲਈ ਕੋਈ ਫਰਕ ਨਹੀਂ ਪੈਂਦਾ ਸਭ ਦੀ ਉਚਾਈ ਬਰਾਬਰ ਹੈ ਜੋ ਉਹਨਾਂ ਨੇ ਕਿਹਾ ਉਹ ਠੀਕ ਹੋ ਰਿਹਾ ਪਰ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਤੁਸੀਂ ਇਕੱਲੇ ਹੋਵੋ ਤਾਂ ਪਤਾ ਲੱਗੇ ਸਿਰਫ ਇੱਕ ਆਦਮੀ ਨੂੰ ਪਤਾ ਲੱਗਾ ਕਿ ਉਹ پاگل ਹੋ ਗਿਆ ਜੋ ਕਿ پاگل ਨਹੀਂ ਹੋਇਆ ਸੀ ਉਸੇ ਇਕੱਲੇ ਨੂੰ ਅੜਚਨ ਹੋਈ ਕਿ ਹੁਣ ਕੀ ਕਰਾਂ ਉਸ ਆਦਮੀ ਨੇ ਉਹੀ ਕੀਤਾ ਜੋ ਆਮ ਬੁੱਧੀਮਾਨ ਆਦਮੀ ਕਰੇਗਾ ਉਹਨੇ ਨਵਾਂ ਪਾਣੀ ਪੀ ਲਿਆ ਤਾਂ ਜੋ ਪੱਦਰ ਮੁੱਕੇ ਇਸ ਲਈ ਬਾਗੀ ਪੁੱਤ ਵੀ ਦੇਰ ਸਵੇਰ ਪਰੇਸ਼ਾਨ ਹੋ ਕੇ ਪਾਣੀ ਪੀ ਲੈਂਦੇ ਆ ਸਮਾਜ ਦੇ ਨਾਲ ਹੋ ਲੈਂਦੇ ਆ ਇੱਕ ਉਮਰ ਹੁੰਦੀ ਹੈ ਜਦ ਥੋੜੀ ਜੀ ਬਗਾਵਤ ਕਰਦੇ ਆ ਫਿਰ ਠੰਡੇ ਹੋ ਜਾਂਦੇ ਆ ਤੁਸੀਂ ਦੇਖੋ ਅਮਰੀਕਾ ਚ ਹਿਪੀ ਹਨ ਬੀਟnikhan ਤੁਸੀਂ ਉਹਨਾਂ 'ਚ ਕਦੇ ਕਿਸੇ ਨੂੰ 30 ਤੋਂ ਵੱਧਾ ਨਹੀਂ ਪਾਉਗੇ ਬਸ 30 ਸਾਲ ਦੇ ਨੇੜੇ ਟੁੱਕੇ ਕੇ ਵਾਪਸ ਸਮਾਜ ਚ ਪਰਤ ਜਾਂਦੇ ਆ ਉਸੇ ਸਮਾਜ ਚ ਜਿਸ ਤੋਂ ਬਗਾਵਤ ਕੀਤੀ ਸੀ ਤਾਂ ਦੋਨਾਂ ਨੂੰ ਵੀ ਅਕਲ ਆ ਜਾਂਦੀ ਹੈ ਵੀ ਉਹ ਪਾਗਲਪਨ ਹੈ ਤੇ ਪੂਰਾ ਸਮਾਜ ਸਾਨੂੰ ਪਾਗਲ ਸਮਝ ਰਿਹਾ ਹੈ ਉਹ ਪਰਤ ਜਾਂਦੇ ਆ 30 ਸਾਲ ਪਿਛੇ ਉਹ ਹੀ ਹਿੱਪੀ ਕਿੱਥੇ ਚਲੇ ਜਾਂਦੇ ਆ 18-19 ਦੇ ਨੇੜੇ ਤੇੜੇ ਹੀਪੀ ਪੈਦਾ ਹੁੰਦੇ ਆ 30 ਸਾਲ ਦੇ ਨੇੜੇ ਅੱਗੇ ਵਿਦਾ ਹੋ ਜਾਂਦਾ ਹੈ 70 ਸਾਲ ਦਾ ਹੀਪੀ ਨਜ਼ਰ ਨਹੀਂ ਆਉਂਦਾ ਕੀ ਮਾਮਲਾ اپنی ਜਵਾਨੀ ਚ ਸਾਰੀ ਕ੍ਰਾਂਤੀ ਦੇ ਜੋਸ਼ ਨਾਲ ਭਰਦੇ ਐ ਫਿਰ ਜਿਵੇਂ ਜਿਵੇਂ ਸਮਝ ਆਉਂਦੀ ਐ ਸਮਝ ਦਾ ਮਤਲਬ ਜਿਵੇਂ ਜਿਵੇਂ ਸੋਖ ਦੀ ਅਕਲ ਆਉਂਦੀ ਐ ਜਿਸ ਬੱਚੇ ਨੂੰ ਦਿਖਾਈ ਪਿਆ ਰਾਜਾ ਨੰਗਾ ਉਹ ਵੀ ਕਹਿੰਦਾ ਕਿ ਨਹੀਂ ਮੇਰੀ ਭੁੱਲ ਸੀ ਰਾਜੇ ਨੇ ਤਾਂ ਸੁੰਦਰ ਵਸਤਰ ਪੈਨੇ ਹੋਏ ਉਹਨੇ ਮੋਢੇ ਚੜਿਆ ਉਹਦਾ ਬੇਟਾ ਵੀ ਕਦੇ ਕਹੇਗਾ ਕਿ ਰਾਜਾ ਨੰਗਾ ਉਹ ਕਹੇਗਾ ਬੇਸਮਝਾ ਠਹਿਰ ਮੈਂ ਅਨੁਭਵ ਨਾਲ ਕਹਿੰਨਾ ਕਿ ਉਮਰ ਵਧਣ ਤੇ ਕਪੜੇ ਦਿਖਾਈ ਪੈਣ ਲੱਗਦੇ ਐ ਅਜਿਹਾ ਸਦੀਆਂ ਤੋਂ ਚੱਲਦਾ ਆ ਰਿਹਾ ਐ ਮੋਢੇ ਚੜਿਆ ਹਰ ਬੇਟਾ ਇੱਕ ਵਾਰ ਜ਼ਰੂਰ ਕਹਿੰਦਾ ਕਿਉਂਕਿ ਬੱਚੇ ਦੇ ਕੋਲ ਨਵੀਂ ਅੱਖ ਹੁੰਦੀ ਹੈ ਉਹਨੂੰ ਅਸੀਂ ਅਜੇ ਝੂਠੀ ਨਹੀਂ ਕਰ ਪਾਉਂਦੇ ਉਹ ਸੱਚਾ ਸਿੱਧਾ ਸਾਫ਼-ਸਾਫ਼ ਕਹਿ ਦਿੰਦਾ ਹੈ ਇਸ ਲਈ ਬੱਚੇ ਬੜੀ ਦੁਸ਼ਵਾਰੀ ਪੈਦਾ ਕਰ ਦਿੰਦੇ ਤੁਸੀਂ ਵੀ ਜਾਣਦੇ ਹੋ ਬੱਚੇ ਘਰ 'ਚ ਮੁਸ਼ਕਿਲ ਪੈਦਾ ਕਰਦੇ ਆ ਤੁਸੀਂ ਉਹਨਾਂ ਨੂੰ ਸਮਝਾਉਂਦੇ ਹੋ ਸੱਚ ਬੋਲਣਾ ਤੇ ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਕੋਈ ਘਰ ਆਉਣ ਵਾਲਾ ਹੈ ਤੁਸੀਂ ਉਹਨਾਂ ਨੂੰ ਕਹਿ ਦੇਣਾ ਘਰੇ ਨਹੀਂ ਹੈ ਬੱਚੇ ਦੀ ਸਮਝ ਤੋਂ ਬਾਹਰ ਹੋ ਜਾਂਦਾ ਵੀ ਆਖਰ ਮਾਮਲਾ ਕੀ ਹੈ ਇੱਕ ਬਾਪ ਨੇ ਆਪਣੇ ਬੇਟੇ ਨੂੰ ਕਿਹਾ ਜੇ ਕੋਈ ਪੁੱਛੇ ਪਿਤਾ ਜੀ ਘਰੇ ਹਨ ਤਾਂ ਤੂੰ ਪਹਿਲਾਂ ਪੁੱਛੇ ਤੁਸੀਂ ਕੌਣ ਮਿੱਤਰ ਹੋ ਮਿੱਤਰਾਂ ਅਜਿਹਾ ਕਹੇ ਤਾਂ ਕਹੀਂ ਆਓ ਅੰਦਰ ਤੇ ਜੇ ਕਹੇ ਮੈਂ ਇੰਸ਼ੋਰੈਂਸ ਦਾ ਆਦਮੀ ਹਾਂ ਬੀਮੇ ਦੇ ਲਈ ਆਇਆ ਕਹੀਂ ਬਾਹਰ ਗਏ ਹੈ ਕਦੋਂ ਮੁੜਨਗੇ ਕੋਈ ਪਤਾ ਨਹੀਂ ਬੇਟਾ ਬਾਹਰ ਬੈਠਾ ਸੀ ਇੱਕ ਆਦਮੀ ਆਇਆ ਉਹਨੇ ਪੁੱਛਿਆ ਪਿਤਾ ਜੀ ਘਰ ਹਨ ਉਹਨੇ ਕਿਹਾ ਤੁਸੀਂ ਕੌਣ ਹੋ ਮਿੱਤਰ ਹੋ ਜਾਂ ਇੰਸ਼ੋਰੈਂਸ ਦੇ ਆਦਮੀ ਉਹਨੇ ਕਿਹਾ ਮੈਂ ਦੋਵੇਂ ਹੀ ਹਾਂ ਬੇਟਾ ਨੇ ਕਿਹਾ ਤਾਂ ਠੀਕ ਹੈ ਆਓ ਅੰਦਰ ਚੱਲ ਕੇ ਬੈਠੋ ਉਹਨੇ ਬਾਹਰ ਗਏ ਕਦੋਂ ਮੁੜਨਗੇ ਕੋਈ ਪਤਾ ਨਹੀਂ ਕੀ ਕਰੇ ਬੇਟਾ ਅਕਰ ਜ਼ਿੰਦਗੀ ਨੂੰ ਤੁਸੀਂ ਝੂਠੀ ਪਾਓਗੇ ਤਾਂ ਵੀ ਸਮਾਂ ਲੱਗੇਗਾ ਬੱਚੇ ਵੱਡੇ ਹੋਣਗੇ ਤਦ ਸਮਝ ਸਕਣਗੇ ਲੇਕਿਨ ਵਿਚਾਲੇ ਇੱਕ ਘੜੀ ਆਉਂਦੀ ਹੈ ਜਦ ਬੱਚੇ ਸਭ ਨੂੰ ਬੇਚੈਨੀ ਦਿੰਦੇ ਐ ਕਿਉਂਕਿ ਉਹ ਸਾਰੀ ਸਿੱਧੀ ਤੇ ਸੱਚੀ ਗੱਲ ਕਹਿ ਦਿੰਦੇ ਐ ਉਹਨਾਂ ਨੂੰ ਉਹੀ ਦਿਸਦਾ ਹੈ ਕਿ ਰਾਜਾ ਨੰਗਾ ਹੈ ਤੇ ਕੱਪੜੇ ਬਿਲਕੁਲ ਨਹੀਂ ਦਿਸਦੇ ਤੁਸੀਂ ਉਹਨਾਂ ਨੂੰ ਸਜ਼ਾ ਦਿੰਦੇ ਹੋ ਮਾਰਦੇ ਹੋ ਕੁੱਟਦੇ ਹੋ ਤੁਹਾਡੀ ਸਾਰੀ ਸਜ਼ਾ ਇਸ ਲਈ ਹੈ ਕਿਉਂਕਿ ਉਹਨਾਂ ਦੀਆਂ ਅੱਖਾਂ ਅਜੇ ਤੁੰਦ ਲਾਈਆਂ ਨਹੀਂ ਹਨ ਅਜੇ ਉਹ ਦੇਖ ਸਕਦੇ ਹਨ ਸਿੱਧਾ ਅਜੇ ਤਾਜ਼ਾ ਜਲ ਉਹਨਾਂ ਦੇ ਅੰਦਰ ਵਗ ਰਿਹਾ ਹੈ ਅਜੇ ਉਹਨਾਂ ਨੇ ਤੁਹਾਡਾ ਪਾਣੀ ਨਹੀਂ ਪੀਤਾ ਅਜੇ ਤੁਹਾਡੇ ਖੂਹ ਤੇ ਉਹਨਾਂ ਨੇ ਪਾਣੀ ਨਹੀਂ ਪੀਤਾ ਅਜੇ ਉਹ ਪ੍ਰਮਾਤਮਾ ਦੇ ਖੂਹ ਤੇ ਪਾਣੀ ਪੀ ਰਹੇ ਹੈ ਅਜੇ ਉਹਨਾਂ ਦੀ ਜ਼ਿੰਦਗੀ 'ਚ ਕੁਝ ਸੱਚਾ ਹੈ ਉਹ ਕ੍ਰੋਧ ਵੀ ਕਰਦੇ ਹਨ ਤਾਂ ਉਸ 'ਚ ਸੱਚਾਈ ਹੈ ਉਹ ਪ੍ਰੇਮ ਵੀ ਕਰਦੇ ਆ ਤਾਂ ਉਸ ਵੀ ਇੱਕ ਸੱਚਾਈ ਹੈ ਤੁਸੀਂ ਕ੍ਰੋਧ ਵੀ ਕਰਦੇ ਹੋ ਤਾਂ ਸੱਚਾਈ ਦਾ ਪੱਕਾ ਨਹੀਂ ਝੂਠ ਹੋਵੇ ਦਿਖਾਵੇ ਖਾਤਰ ਕਰ ਰਹੇ ਹੋ ਪ੍ਰੇਮ ਵੀ ਕਰਦੇ ਉਸ ਚ ਪਰਮਾਨਿਕਤਾ ਨਹੀਂ ਹੈ ਕਿਉਂਕਿ ਇਹ ਵੀ ਧੰਦਾ ਹੈ ਇੱਕ ਔਰਤ ਮੈਨੂੰ ਕਹਿ ਰਹੀ ਸੀ ਕਿ ਮੈਂ ਪਤੀ ਨੂੰ ਤਲਾਕ ਦੇਣਾ ਤਾਂ ਮੈਂ ਉਹਨੂੰ ਪੁੱਛਿਆ ਵੀ ਤੂੰ ਉਹਨਾਂ ਵਿੱਚੋਂ ਕੁਝ ਕੁਝ ਤਾਂ ਦੇਖਿਆ ਹੋਣਾ ਜਦ ਸ਼ਾਦੀ ਕੀਤੀ ਤੇ ਇੰਨੀ ਛੇਤੀ ਤਲਾਕ ਤਾਂ ਉਹਨੇ ਕਿਹਾ ਕਿ ਹਾਂ ਸ਼ਾਦੀ ਤਾਂ ਕੁਝ ਦੇਖ ਕੇ ਕੀਤੀ ਸੀ ਪਰ ਆਪਣੀ ਉਹ ਵਿਸ਼ੇਸ਼ਤਾ ਹੁਣ ਖਰਚ ਕਰ ਚੁੱਕਿਆ ਪੈਸਾ ਦੇਖ ਕੇ ਸ਼ਾਦੀ ਕੀਤੀ ਸੀ ਉਹ ਖਾਸੀਅਤ ਖਰਚ ਕਰ ਚੁੱਕਿਆ ਹੁਣ ਕੋਈ ਰਸ ਨਹੀਂ ਹੈ ਪੈਸਾ ਪ੍ਰੇਮ ਤੋਂ ਵੱਡਾ ਚਲਾਕ ਆਦਮੀ ਲਈ ਸੱਚ ਤੋਂ ਬੜੀ ਸੌਕ ਹੈ ਇਹੀ ਤਾਂ ਮਤਲਬ ਹੁੰਦਾ ਹੈ ਪੈਸੇ ਦਾ ਸੌਕ ਪ੍ਰੇਮ ਦਾ ਸੱਚ ਇੱਕ ਆਦਮੀ ਨੂੰ ਸੁਣਾਈ ਪਿਆ ਉਹਨੇ ਧਿਆਨ ਦਿੱਤਾ ਉਹ ਬਚ ਗਿਆ ਪਰ ਮੁਸੀਬਤ ਚ ਪਿਆ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਮੁਸੀਬਤ ਚ ਨਹੀਂ ਪਿਆ ਇਹ ਉਪਰੋਂ ਨਜ਼ਰ ਆ ਰਿਹਾ ਲੇਕਿਨ ਤੁਸੀਂ ਚਾਹੇ ਭੀੜ ਦੇ ਨਾਲ ਕਿੰਨਾ ਹੀ ਤੁਰਦੇ ਰਹੋ ਪੱਡਾਂ ਵਾਲ ਤੁਸੀਂ ਮੁਸੀਬਤ 'ਚ ਹੋ ਮੁਸੀਬਤ ਪਤਾ ਲੱਗੇ ਜਾਂ ਨਾ ਲੱਗੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਭ ਨੂੰ ਕੈਂਸਰ ਹੋ ਜਾਏ ਤੁਹਾਨੂੰ ਕੈਂਸਰ ਹੋਵੇ ਤਾਂ ਕੈਂਸਰ ਦੀ ਤਕਲੀਫ ਨਹੀਂ ਹੋਏਗੀ ਸਿਰਫ ਤੁਸੀਂ ਸਮਝੋਗੇ ਕਿ ਇਹ ਆਮ ਬਿਮਾਰੀ ਸਭ ਨੂੰ ਹੁੰਦੀ ਹੈ ਮਨਾਲੀ ਕੁਲੂ ਮਨਾਲੀ ਦੇ ਏਰੀਏ 'ਚ 90% ਦੀ ਲੋਕਾਂ ਨੂੰ ਸੋਜਾਕ ਹੈ ਹਰ ਕਿਸੇ ਨੂੰ ਅੜਚਣੇ ਕਿਉਂਕਿ ਸਭ ਨੂੰ ਹੈ ਜਿਨ੍ਹਾਂ ਨੂੰ ਨਹੀਂ ਹੈ ਉਹ ਕੁਝ ਹੈਰਾਨੀ ਦੇ ਹਨ ਜਨਮ ਦੇ ਨਾਲ ਜਿਵੇਂ ਸੁਜਾਗ ਚੱਲ ਰਿਹਾ ਹੈ ਅਮਰੀਕਾ ਵਿੱਚ ਦੱਖਣੀ ਅਮਰੀਕਾ ਵਿੱਚ ਇੱਕ ਛੋਟੀ ਜੀ ਘਾਟੀ ਹੈ ਜਿੱਥੇ 95 ਫੀਸਦੀ ਬੱਚੇ ਅੰਨ੍ਹੇ ਹੋ ਜਾਂਦੇ ਕਿਉਂਕਿ ਇੱਕ ਮੱਖੀ ਹੈ ਜਿਹਦੇ ਕੱਟਣ ਨਾਲ ਅੱਖਾਂ ਖਰਾਬ ਹੋ ਜਾਂਦੀਆਂ ਤਾਂ ਨਾ 522ਕ ਹੈ ਜਦ ਪਹਿਲੀ ਦਫਾ ਉਸ ਘਾਟੀ ਦੇ ਲੋਕਾਂ ਨੂੰ ਪਤਾ ਲੱਗਾ ਕਿ ਵੱਡੀ ਧਰਤੀ ਹੈ ਜਿੱਥੇ ਸਭ ਦੇ ਅੱਖਾਂ ਹਨ ਉਹਨਾਂ ਨੇ ਯਕੀਨ ਨਹੀਂ ਕੀਤਾ ਉਹਨਾਂ ਨੇ ਕਿਹਾ ਇਹ ਗਲਤ ਹੈ ਇਹ ਹੋ ਹੀ ਨਹੀਂ ਸਕਦਾ ਤਾਂ